राजू यार कमाल दी गल है, 40-45 हज़ार मंगी 20 हज़ार दी बकरी दे नहीं होनी भाई। क्यों सरदार जी परां नूं हुके दस दें जे मैनूं उठ च नहीं सलाह चंगी हुंदी है कर लो सलाह कर लो। बकरी मेरे घर दी है, जे बकरी च नुक्स होवे सुण तक आप गरंटी लै सकदे आ, दूते आप कुछ नहीं कर सकते। सिंह ता देख ला तेरे वर्गे मोटे ने मोटे ने ਇੱਥੇ ਸਿੰਗਲਾ ਦੇਖ ਕੇ ਪਤਲੇ ਕਰਾ ਦਿੰਦੇ। ਕਾਹਨੂੰ ਕਰਾ ਫਿਰ ਤੇਰੇ ਵੀ ਰੰਦਾ ਫਰੇਉਣ ਵਾਲਾ। ਮੈਂ ਤਾਂ ਫਰੇ ਜਾਊਗਾ ਫਿਰ ਰੰਦਾ ਮੈਂ ਤੇਰੇ ਵੀ ਫਰੇਉਂਗਾ। ਕੋਈ ਨਾ ਫਰਿਆ ਦੇ ਆਲੇ ਦਾਲੇ ਕਿਉਂ ਤਰਸੇ ਮਾ ਫਰਿਆ ਦੀ ਫਰਿਆ ਦੀ ਪਤਲਾ ਕਰਨ ਵਾਲਾ ਹੈ। ਕੋਈ ਗੱਲ ਨਹੀਂ ਕੋਈ ਗੱਲ ਨਹੀਂ, ਕੋਈ ਹਿਸਾਬ ਚ ਦੱਸ ਬੱਕਰੀ ਕਿੰਨੇ ਦੀ ਵੇਚਦੇ ਆ ਤੁਸੀਂ ਦੱਸ ਦਿਓ। ਪਹਿਲਾਂ ਤਾਂ ਖਾਤੇ ਚ ਪਾਊਗਾ ਪੈਸੇ, ਉਹ ਤਾਂ ਸਾਰਾ ਕੁਝ ਇਹਦੇ ਨਗਦ ਪੈਸੇ ਨਹੀਂ, ਇੱਕ ਬੱਕਰੀ ਅਸੀਂ ਲੈ ਲਈ ਖਾਤੇ ਚ ਵੀ ਪੈ ਜਾਣਾ ਮੇਰੇ ਜੋਗੇ ਰੱਖੂਗਾ ਵਿਚਾਰਾ ਉਹ ਮੈਨੂੰ ਦੇਊਗਾ ਮੇਲੇ ਖਾਤੇ ਨਹੀਂ ਮੈਂ ਅਨਪੜ ਬੰਦਾ। ਚਲ ਕੋਈ ਨਾ ਤੇਰੇ ਖਾਤੇ ਵੀ ਚੱਲਦੇ ਨੇ ਚਲਾ ਦਾਂਗੇ। ਨਾ ਤੇਰੇ ਨਹੀਂ ਚੱਲਦੇ ਚੱਲਦੇ ਨੇ ਕਰੀਏ ਸੌਦਾ ਪਸੰਦ ਆ ਬੱਕਰੀ ਪਸੰਦ ਹੈ। ਹਾਂ ਠੀਕ ਹੈ ਪਸੰਦ ਤੁਹਾਨੂੰ ਪਸੰਦ ਨਹੀਂ ਲੋਕਾਂ ਦੇ ਰਾਜੂ ਪਤਾ ਨਹੀਂ ਮਿਲਿਆ ਮੈਂ ਤੈਨੂੰ ਜਾਣਦਾ ਵੀ ਨਹੀਂ ਮੰਡੀਆਂ ਮੰਡੀਆਂ ਜਾਣਦਾ ਦਾ ਘਰ ਵੀ ਨਹੀਂ ਜਾਣਦਾ ਤੈਨੂੰ ਪਹਿਲੀ ਵਾਰ ਦੇਖਿਆ। ਮੇਰਾ ਘਰ ਤਾਂ ਤਰਸੇਮ ਨਹੀਂ ਅਜੇ ਤੱਕ ਗਿਆ ਇਹ ਲੜ ਲੜ ਹਟ ਗਿਆ ਤੇ ਨਹੀਂ ਘੜੇਗੇ ਇਹ ਲੜੀ ਜਾਂਦਾ ਮੇਰੇ ਨਾਲ ਕਹਿੰਦਾ ਤੂੰ ਮੈਨੂੰ ਘਰੇ ਨਹੀਂ ਸਕਦਾ ਉਰੇ ਆ ਜਾ ਉਹ ਟਿਕ ਜਾ ਬਾਬਾ ਮਰ ਜਾ ਇਹ ਜਮੰਦੇ ਦਾ ਮੇਮ ਨਾਮ ਕਿਉਂਦਾ ਸਹਿਤਾ ਕਿੰਨਾ ਮੰਗ ਲਿਆ 35000 ਰੁਪਿਆ 35000 ਰੁਪਿਆ ਮੰਗ ਲਿਆ 35000 ਰੁਪਿਆ ਮੰਗ ਲਿਆ ਬਈ ਆ ਬੱਕਰੀ ਕਰੋ ਕਰੋ ਗੱਲ ਦੋ ਬੱਚੇ ਮੈਂ ਬੰਦ ਕਰ ਬੱਚੇ ਤਿੰਨ ਹੈਲੋ ਇਹ ਹਮੇਸ਼ਾ ਹੀ ਤਿੰਨ ਦਿੰਦੀ ਉਹ ਖਰਜਾ ਮਰ ਜਾ ਯਾਰ ਦੋ ਨਹੀਂ ਦਿੰਦੀ ਹਮੇਸ਼ਾ ਹੀ ਤਿੰਨ ਦਿੰਦੀ ਆ ਉਹ ਚੱਲ ਤੂੰ ਤਿੰਨ ਨਾ ਦੇ ਸਾਨੂੰ ਤਾਂ ਇੱਕੇ ਦੇ ਦੇ ਵਧੀਆ ਪੜ ਜਾਊਗਾ ਤਿੰਨ ਬੱਚੇ ਦੇਊਗੀ ਮੇਜਰ ਕਹਿੰਦਾ ਬੱਕਰੀ ਭਾਰੀ ਆ ਬਈ ਯਾਰ ਚੋਲੀ ਵਾਲੀ ਬੱਕਰੀ। चलो ਤੁਸੀਂ ਜਿੰਨੇ ਮਰਜ਼ੀ ਮੰਨ ਕੇ ਚੱਲੋ ਜਿਹੜੇ ਮੇਰੇ ਘਰੇ ਮੈਨੂੰ ਦਿੰਦੀ ਆ ਉਹਦਾ ਮੈਨੂੰ ਪਤਾ ਵੀ ਕੀ ਦਿੰਦੀ ਆ ਕੀ ਨਹੀਂ ਦਿੰਦੀ। ਕਿੰਨੇ ਸੂਏ ਇਹਦਾ ਬਈ ਹੁਣ ਤੀਜੇ ਸੂਏ ਆ ਇਹ ਤੀਜੇ ਸੂਏ ਹਾਂ ਉਹ ਦੇਊਗੀ ਤਾਂ ਮੇਮ ਨਹੀਂ ਮੁੰਡੇ ਤਾਂ ਦਿੰਦੀ ਨਹੀਂ। ਚਲੋ ਮੁੰਡੇ ਤੈਨੂੰ ਕੀ ਪਤਾ ਵੀ ਮੇਰੇ ਘਰੇ ਕੀ ਦਿੰਦੀ ਹੈ ਐ ਕਰੀ ਜਾਂਦਾ ਤੈਨੂੰ ਕੀ ਪਤਾ ਵੀ ਕਹਿੰਦਾ ਲੋਕੋ ਮੇਰੇ ਘਰੇ ਕੀ ਦਿੰਦੀ ਹੈ ਤੇਰੇ ਘਰੇ ਮੇਮ ਨਹੀਂ ਦੂ ਸਾਡੇ ਵੀ ਮੇਮ ਨਹੀਂ ਦਿੰਦੀਆਂ ਨੇ ਬੱਕਰੀਆਂ ਬਸ ਇਹ ਕਿਹੜਾ ਮੁੰਡੇ ਦਿੰਦੀ ਹੈ ਉਹ ਇਹਦੇ ਵਾਲੀ ਬੱਕਰੀ ਮੁੰਡੇ ਦਿੰਦੀ ਹੂੰ ਮੈਂ ਜਿਹੜੀ ਠੀਕ ਆ ਲਾ ਵੀ ਲਾ ਲਾ ਫਿਰ ਅੱਛਾ ਮੀਂਗਣਾ ਵੀ ਸੋਨੇ ਦੀਆਂ ਕਰਦੀ ਹੈ ਇਹ ਬੱਕਰੀ ਠੀਕ ਆ ਲਾਵਾਂ ਸੱਟ ਲਾਵਾਂ ਜੀ ਕਿਤੇ ਲਾਉਣੀ ਹੈ ਲਾ ਲਓ ਤੁਸੀਂ ਲਾ ਦੋ ਬਸ ਤੂੰ ਤਾਂ ਹੋਰ ਥੱਲੇ ਖੜਾ ਉੱਥੇ ਤਾਂ ਨਹੀਂ ਬਣਨੀ ਮੇਰੇ ਲਈ ਸੱਟ ਲਾਉਣ ਦੇ ਮੈਨੂੰ ਚਲੋ ਇਮਾਨਦਾਰੀ ਤੋਂ ਇਹਦਾ ਬਾਈ ਇਮਾਨਦਾਰੀ ਦੀ ਗੱਲ ਕਰਦਾ ਵੀਡੀਓ ਬਣ ਰਹੀ ਹੈ ਇਹਦਾ ਮੈਂ ਇੱਥੇ ਸਾਰੰਗ ਯਾਰ ਦੀ ਪੁੱਛ ਲੈ ਮਗਾ ਮੈਂ ਨਹੀਂ ਪੁੱਛਦਾ ਤੂੰ ਕਹੇ ਬੱਕਰੀ ਦੇ ਰਾਜਸਥਾਨੀ ਰਾਜੂ ਯਾਰ ਕਮਾਲ ਦੀ ਗੱਲ ਹੈ 40-45 ਹਜ਼ਾਰ ਮੰਗੀ 20 ਹਜ਼ਾਰ ਦੀ ਬੱਕਰੀ ਦੇ ਨਹੀਂ ਹੋਣੀ ਬਈ ਹੋਰ ਕਿੰਨੇ ਦੀ ਵੇਚਣੀ ਹੈ ਇਮਾਨਦਾਰੀ ਤੋਂ ਮੈਨੂੰ ਰਸਤੇ ਪਾ ਰਸਤੇ ਪਾਵਾਂ ਇੱਕੋ ਹੀ ਗੱਲ ਕਹਾਂ 32 ਹਜ਼ਾਰ ਦੀ ਬੱਕਰੀ ਲਊਗਾ ਹੋਰ ਦੱਸ ਸਾਰੀ ਰਸਤੇ ਤੈਨੂੰ ਮੈਂ ਵੀ ਪਾਵਾਂ ਪਾ ਦੇ ਸਾਰੀ ਮੰਡੀ ਕੋਲ ਕਿਹੜੇ ਰੂਟ ਦੀ ਤਿਆਰੀ ਇਹਦੇ ਅਸੀਸਾਂ ਨਾਲ ਕੋਈ ਬਾਰੀ ਹਟ ਬੁੱਤੋ ਏ ਕਿੱਧਰ ਜਾਂਦੀ ਹੈ ਲਾਰੀ ਰੋਡਵੇ ਦੀ ਲਾਰੀ ਹਾਂ ਅਸੀਸਾਂ ਨਾਲ ਉਹ ਪਹਿਲਾਂ ਗੀਤ ਗਾਇਆ ਕਰਦੇ ਉਹ ਤਾਂ ਬੁੱਝ ਵੱਜ ਗਿਆ ਗੀਤ ਸੱਬਲੀ ਹੋ ਜਾ ਲੈ ਉਹਰਾ ਕਰ ਮੈਜਰ ਰਾਜਸਥਾਨੀ ਲਓ ਜੀ ਬੱਕਰੀ ਦੇ 25 ਹਜ਼ਾਰ ਦੀ ਪੂਰੀ ਨਹੀਂ ਹੋਣੀ ਰਾਜੂ ਬਾਈ ਨਾਲ ਯਾਰ ਮੈਂ ਪਹਿਲਾਂ ਤੜਕੇ ਮਿਲ ਗਿਆ ਮੈਂ ਤਾਂ ਰੇਟ ਨਹੀਂ ਮੰਗਿਆ ਹਾਸੀ ਮਜ਼ਾਕ ਕਰ ਲਿਆ ਜਿਹੜਾ ਤੇਰੇ ਨਾਲ ਵੱਖਰਾ ਰਹਿ ਗਿਆ ਕੋਈ ਨਾ ਮੈਂ ਤੜਕੇ ਬਾਈ ਨੂੰ ਮਿਲਿਆ ਮੇਰੇ ਕੋਲੇ ਆ ਕੇ ਗਿਆ ਮਖਾ ਕੋਈ ਗੱਲ ਨਹੀਂ ਬਾਈ ਐ ਨਾ ਕਹੀ ਮੈਂ ਪਹਿਲਵਾਨ ਦਾ ਪਹਿਲਵਾਨ ਨੂੰ ਵੀ ਚੱਕ ਲੂੰਗਾ ਮੈਂ ਕੋਈ ਨਾ ਚੱਕ ਲੇਗਾ ਫਿਰ ਚੇਪੀਆਂ ਲਵਾਉਂਦਾ ਫਿਰ ਜਾਵੇਂਗਾ ਟੂਹੀ ਤੂੰ ਹਾਂ ਇੱਕ ਕਮੰਟਲ 15 ਕਿਲੋ ਵੀ ਮੈਂ ਚੱਕ ਲੂੰ ਲਾ ਦੇ ਅਸਲ ਚ ਬਲਾ ਦੇ ਮੇਰੀ ਸੁਣ ਗੱਲ ਹਾਂ ਪਤਾ ਇਹਦਾ ਮੂਡ ਮੈਂ ਬਦਲਾਇਆ ਮਾਂ ਮੇਮ ਨਾਲ ਕੱਚਾ ਲਵੇਂਗਾ ਮਰ ਜੂਗਾ ਮੇਮ ਨੇ ਤਾਂ ਕੋਈ ਨਾ ਬੱਕਰੀ ਲੈ ਸੂਪੂਗੀ ਤੈਨੂੰ ਰਿਜਕ ਰੋਟੀ ਦੇਊਗੀ ਉਹ ਤਾਂ ਦਊ ਹੈ ਜੀ ਹੁਣ ਮੈਨੂੰ ਇੱਕੇ ਦੱਸ ਦੇ ਕਿੰਨੇ ਦੀ ਵੇਚਣੀ ਮੈਂ ਤੈਨੂੰ ਦੱਸਤੀ 25 ਹਜ਼ਾਰ ਲਾਤਾ ਨਹੀਂ ਹੋਣੀ ਸਾਡੇ 25 ਨਹੀਂ ਹੋਣੀ ਸਾਡੇ 25 ਨਹੀਂ ਹੋਣੀ ਹੁਣ ਮੈਂ ਕੀ ਕਰਾਂ ਇਹ ਤਾਂ ਹੁਣ ਤੁਸੀਂ ਦੇਖੋ ਉਹਦੀ ਹੱਦ ਟੱਪ ਗਈ 24 ਹਜ਼ਾਰ ਤੱਕ ਖੜਾ ਤੀ ਹੋ ਨਹੀਂ ਹੋਣੀ ਰਾਜੂ ਬੱਕਰੀ ਦਾ ਦੇਖ ਲੈ ਭਾਵੇਂ ਗਾਂ ਜਿੱਡੀ ਤਾਂ ਬੱਕਰੀ ਆ ਮੈਨੂੰ ਇਮਾਨਦਾਰੀ ਦੇ ਰਸਤੇ ਪਾ ਦੇ ਬੱਕਰੀ ਦੇ ਜਲਦਾਰ ਦੱਸੋ ਹੁਣ ਨਾ ਜੀ ਬਾਲ ਛੋਟਾ ਨਹੀਂ ਮਾਂ ਤੁਸੀਂ ਕੀ ਦੇ ਤੁਸੀਂ ਕੀ ਦੇ ਨਹੀਂ ਤੁਸੀਂ ਕੀ ਦੇ ਹੋ ਬੱਕਰੀ ਬੱਕਰੀ ਦੇ ਬਸ ਦੱਸੋ ਕੋਈ ਘਾਟ ਹੈਗੇ ਬੱਕਰੀ ਚ ਨਾ ਬੱਕਰੀ ਚ ਘਾਟ ਦੋ ਫੇਰ ਬੱਕਰੀ ਸਹੀ ਆ ਇਮਾਨਦਾਰੀ ਦੇ ਰਸਤੇ ਪਾ ਦੇ ਇਮਾਨਦਾਰੀ ਦੇ ਰਸਤੇ ਪਾ ਤਾ ਨਾ ਪਾ ਪਾ 1000 ਘੱਟ ਦੇ ਦੇ ਕਿੰਨੇ ਹੋ ਗਏ 31 ਉਹਨਾਂ ਆਖਰ ਲੈ ਹੁਣ ਵੇਚਦੇ ਆ ਬੱਕਰੀ ਬੱਕਰੀ ਦਾ ਵੇਚਣ ਵਾਸਤੇ ਆਇਆ ਮੈਂ ਉਹ ਬਾਈ ਲੈਣ ਵਾਸਤੇ ਆਇਆ ਇੱਥੇ 2000 ਪਾਤੇ 27 ਹਜ਼ਾਰ ਦੀ ਦੇ ਬੱਕਰੀ ਪੂਰੇ 30 ਹਜ਼ਾਰ ਦੀ ਦਊਂ ਲੈ ਫੜ 27 ਹਜ਼ਾਰ ਦੀ ਦੇ ਪੂਰੇ 30 ਹਜ਼ਾਰ ਦੀ ਦਊਂ ਲੈ ਫੜ ਉਹ ਵਿਚਾਰ ਦੇ ਖਰਚਾ 5000 ਖਰਚਾ ਬੱਕਰੀ ਵੀ ਦੇਖ ਚੰਗੀ ਬੱਕਰੀ ਦੇ ਚੰਗਾ ਰੇਟ ਲਾਤਾ ਜਦੋਂ ਮੇਰੇ ਮਾੜੀ ਬੱਕਰੀ ਨੂੰ ਮਾੜੀ ਨਹੀਂ ਦਵਾਤੀ ਕਿਉਂ ਵੀ ਦਵਾਈ ਨਹੀਂ ਜਦੋਂ ਸੂਪ ਹੀ ਨਾ ਫਿਰ ਦੇਖੀ ਕਿੱਥੇ ਵਿਕਦੀ ਆ ਇਹ
ਹੁਣ ਮੈਂ ਤਾਂ ਸਵਾਉਣ ਨਹੀਂ ਜਾਂਦਾ ਨਾ ਤੂੰ ਸਵਾਉਣ ਜਾਵੇਂ ਮੈਂ ਤਾਂ ਨਹੀਂ ਜਾਂਦਾ ਜਿਹੜਾ ਲੈ ਕੇ ਜਾਊ ਉਹ ਸਵਾਉ ਟੱਪ ਗਈ ਕਿ ਨਾ ਜਾਨਾ ਉਹ ਸਵਾਉ ਰਾਜ ਚ ਡਿਗੇ ਚ ਰਹੇ ਉਹ ਕੀ ਪਤਾ ਇਹ ਜੇ ਤਾਂ ਇਹਦੇ ਅਣਜਲ ਹੋਇਆ ਘਰੇ ਵਗ ਜੂ ਨਹੀਂ ਕੀ ਪਤਾ ਮੇਰੇ ਘਰੀ ਸੂਬੇ ਇਹ ਵੀ ਨਹੀਂ ਨਾ ਪਤਾ ਹਜੇ ਕਿੰਨੀਆਂ ਕਸਵਾਈ ਜਾਵੇਂਗਾ ਬੜੀਆਂ ਸਵਾ ਦਾਂਗੇ ਹਾਂ 40 ਬੱਕਰੀਆਂ ਨੇ ਪਤਾ ਹੈ ਮੈਨੂੰ ਕਿੰਨੀਆਂ ਕਸਵਾ ਲੈਣਾ ਤੂੰ 40 ਬੱਕਰੀਆਂ ਰੋਜ਼ ਹੀ ਸੂੰਦੀਆਂ ਨੇ ਰੋਜ਼ ਹੀ ਜੰਮਦੇ ਨੇ ਰੋਜ਼ ਹੀ ਮਰਦੇ ਨੇ ਇਹਦਾ ਚੱਲੇ ਜਾਣਾ ਸਿਰਾ ਇਹ ਮਰਵਾਉਣਾ ਸਿਰਾ ਲਾ ਕੇ ਰਾਜੂ ਤੈਨੂੰ ਪਤਾ ਹੁਣ ਕਿੱਥੇ ਬਣੂਗੀ ਇਹ ਤੂੰ ਉਹਰਾ ਬੋੜੀਆਂ ਬਣਾਈ ਕਿਉਂ ਜੀ ਜਵਾਨ ਵੀ ਕਿੱਡਾ ਮੈਂ ਤਾਂ ਨਵਾਂ ਦੇਖੋ ਜਾ ਛੋਟੀ ਲੱਗਦੀ ਪਤੰਦਰ ਦੋਏ ਇਹ ਜੇ ਟੱਕਰ ਗਏ ਮੈਨੂੰ ਲੰਬੇ ਲੰਬੀ ਨਾ ਤਾਂ ਉਹੀ ਮਾਰ ਦੂ ਉੱਤੇ ਬੈਠ ਗਿਆ ਇਹ ਤਾਂ ਉਹੀ ਪਤੰਦਰ ਮਾਰੇ ਦੂ ਮੈਨੂੰ ਉਹ ਬਾਜਨ ਤਾਂ ਹੀ ਤਾਂ ਘਟ ਗਿਆ ਅਸੀਂ ਤਾਂ ਲੋਕਾਂ ਨੇ ਬਾਜਨ ਕੱਟਾ ਤਾਂ ਆਪਾਂ ਨੇ 27.5 ਦੀ ਦਿੰਨੇ ਉਹ ਨਹੀਂ ਹੋਣੀ ਨਾ 28000 ਦੀ ਹੋ ਗਈ 500 ਘਟ ਲੈ ਜਾ 29.5 ਦੀ ਲੈ ਜਾ ਲੈ ਫੜ ਹੁਣ ਨਾ ਮੈਨੂੰ ਕਹੀਂ ਜਮਾ ਤੈਨੂੰ ਸਿਰਾ ਲਾਤਾ ਰਾਜੂ ਆ ਸਾਰੇ ਬੰਦੇ ਸੁਣਦੇ ਨੇ ਕਿਸੇ ਬੰਦੇ ਤੋਂ ਕਹਾ ਦੇ ਆਪਾਂ ਬਹੁਤ ਦੂਰ ਮੁੜਿਆ ਏ ਇੱਜ਼ਤ ਕਰਕੇ ਵੀ ਦੂਰ ਜਾਣੀ ਆ ਮਾਈ ਨੂੰ ਖਰਚੇ ਵੀ ਪੈਣੇ ਨੇ ਸਾਰਾ ਕੁਝ ਪੈਣਾ ਹੁਣ ਕਿੰਨੇ ਦੀ ਕਹਿੰਦੇ ਤੂੰ 500 ਘਟ 30 ਦੀ ਸਾਡੇ 30 ਕਿਉਂ ਖਰਾਸਿਆ ਹਾਂ ਉਗਦੀ ਐ ਹੈ ਆਪਾਂ ਨੇ ਦੇਖ ਲੈ ਨਹੀਂ ਜੇ ਤੂੰ ਖੁਸ਼ ਐ ਰਾਮੂ ਦੇਖੀ ਬੱਕਰੀ ਮੜੀ ਜੀ ਜੇ ਤੂੰ ਖੁਸ਼ ਐ ਜਾ ਹੋ ਗਈ 29.5 ਦੀ ਉਹ ਗੱਲ ਆ ਜਾ ਬਾਈ ਤੈਨੂੰ ਹਾਂ ਇਹਨੂੰ ਵਾਦਾ ਕਰੇ ਪਰਮਾਤਮਾ ਨਾਲ ਫੜ ਤੇਰਾ ਵੀ ਮੈਂ ਢਿੱਡ ਨਹੀਂ ਦਿਖਾਉਂਦਾ ਲਖਾਈ ਕਰਾ ਦੀ ਅਗਲੇ ਦੀ ਬੱਕਰੀ ਚੰਗੀ ਆ ਲਖਾਈ ਕਰਾ ਦੀ ਬੱਕਰੀ 'ਚ ਬਾਈ ਕੋਈ ਘਾਟ ਨਹੀਂ ਹੈਗੀ ਇਹ ਕਿਉਂ ਕਾਊ ਕਾ ਮਾਰ ਹੀ ਲੈਂਦੀ ਹਾਂ ਹੁਣ ਮੇਮਨਾ ਮੂਨਾ ਨਾਲ ਹੀ ਜੋੜੀ ਚਾੜ ਕੇ ਜਾਂਦਾ ਰਹੇ 5 ਲੈ ਜਾ ਥੈਲੇ ਉਹਦੇ ਨੀਰੇ ਦੇ ਗਵਾਰੇ ਦੇ ਲੈ ਜਾ ਵੀ ਪੈਣਾ ਕੋਈ ਕਤਮ ਮੇਮਨਾ ਲੈ ਲੈਣੇ ਉਹ ਮੇਮਨਾ ਕੀ ਫਾਇਦਾ ਮੂਰੇ ਸਿਆਲਾ ਚੱਲ ਜੂ ਓਏ ਉਸੇ ਨੂੰ ਪਾਲ ਲਈ ਇੰਨੇ ਆ ਸੂਪੂ ਦਾ ਦਿਨਾਂ ਨੂੰ ਉਹ ਗੱਲ ਸਹੀ ਹੈ ਇੰਨੇ ਆ ਸੂਪੂ ਕੀ ਇਹੀ ਸੂਪੂ ਇਹਦੀ ਮੇਮਨੇ ਪਾਲ ਲਈ ਜਾਂ ਪੈਸੇ ਦਿਓ ਜੀ ਖਾਤਾ ਲਓ ਜੀ ਪੈਸੇ ਲਓ ਜੀ ਬੱਕਰੀ ਜਦਾ ਬਾਈ ਕੋਈ ਘਾਟ ਹੀ ਨੀ ਆ ਮੇਰੇ ਘਰ ਦੀ ਬੱਕਰੀ ਆ ਬਾਈ ਆਪਣੀ ਕਿਹੜਾ ਵਪਾਰ ਲੈਣ ਵਾਲੀ ਬੱਕਰੀ ਤਾਂ ਹੈ ਮਾਲ ਹੋ ਗਿਆ ਤਰਸੇਮ ਬਾਈ ਜਿਆਦੇ ਹੁਣ ਮੂਰੇ ਸਿਆਲ ਆਉਂਦਾ 29.5 ਮੂਰੇ ਸਿਆਲ ਆ ਰਿਹਾ ਪਸ਼ੂਆਂ ਨੂੰ ਓਨਾ ਚਾਰਾ ਨਹੀਂ ਮਿਲ ਰਿਹਾ ਸਹੀ ਗੱਲ ਗਵਾਰਾ ਬਾਈ ਇੱਕ ਦਿਨ ਦਾ ਬਾਈ 2.5 ਤੋਂ ਲੈ ਕੇ 3 ਕੁਇੰਟਲ ਗਵਾਰਾ ਪੈਂਦਾ ਠੀਕ ਆ ਕੱਲ ਮੁੱਲਾਪੁਰ ਮੰਡੀ ਤੋਂ ਲਿਆ ਤੀ ਪੁੱਛ ਕੇ ਦੇਖ ਲਓ ਬਾਈ ਤੋਂ ਅੱਜ ਫੇਰ ਜਾਊਗਾ ਗਵਾਰਾ ਠੀਕ ਹੁਣ ਬਾਹਰ ਤੈਨੂੰ ਪਤਾ ਟਾਹ ਨਹੀਂ ਰਹੀ ਨੀ ਬਾਈ ਤਰਸੇਮ ਇੰਨੀ ਸਹੀ ਗੱਲ ਮੂਰੇ ਫਿਰ ਇਹ ਵੀ ਆਪਾਂ ਆਕਸੀਜਨ ਤੋਂ ਦਰਖਤ ਵੀ ਨਹੀਂ ਇੰਨੇ ਵੱਢਦੇ ਪੱਤੇ ਚੜ ਗਏ ਮੇਰੀ ਆਦਤ ਇਹ ਆ ਬਾਈ ਆਪਾਂ ਵੱਢਦੇ ਨਹੀਂ ਦਰਖਤ ਬਹੁਤ ਘੱਟ ਤਰਸੇਮ ਠੀਕ ਆ ਵੀ ਦੱਸ ਆਪਾਂ ਬਾਹਰ ਨਹੀਂ ਬਈ ਉਹ ਕਰਦੇ ਠੀਕ ਆਪਾਂ ਵਾਤਾਵਰਨ ਲਾ ਰਹੇ ਹਾਂ ਆਪਾਂ ਵੱਢ ਨਹੀਂ ਰਹੇ ਬਾਈ ਠੀਕ ਆ ਹਾਂ ਇੱਕ ਬਸ ਗੇੜਾ ਜ਼ਰੂਰ ਕਰਾਉਣਾ ਹੈ ਬਾਹਰੇ ਆਪਾਂ ਦਰਖਤ ਨਹੀਂ ਵੱਢਦੇ ਬਾਈ ਠੀਕ ਆ ਮੇਜਰ ਬਾਈ ਬੱਕਰੀ ਦਾ ਦੇਖ ਸਕਦੇ ਹੋ 29.5 ਦਾ ਨਾ ਲੌਂਗੋਵਾਲ ਮੰਡੀ ਤੇ ਖੜੀ ਸੀ ਬਾਈ ਕਿਵੇਂ ਲੱਗਿਆ ਉਹਦਾ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਜੀ ਬੱਕਰੀ ਹੈਗੀ ਬਾਕੀ ਦੇਖ ਲਾਂਗੇ ਕੀ ਬਣਦਾ ਹੈਗਾ ਬੱਕਰੀ ਤੁਹਾਨੂੰ ਦਿਖਾ ਤੀ ਬਾਈ ਇੱਕ ਵਾਰ ਫੇਰ ਦੇਖ ਲਓ ਇਹ ਬੱਕਰੀ ਹੈਗੀ ਪੂਰੀ ਹੈਵੀ ਬੱਕਰੀ ਆ ਬਈ ਸ਼ੇਰੇ ਕਲਰ ਦੇ ਵਿੱਚ ਨਾ ਧੰਨਵਾਦ।